ਲਓ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਗੋਲਡੀ ਅਤੇ ਤੁਸੀਂ ਦੇਖ ਰਹੇ ਹੋ ਦੇਸੀ ਮਕੈਨਿਕ PV72। ਜਿਵੇਂ ਪਤਾ ਜੀ ਤੁਹਾਨੂੰ, ਆਪਾਂ ਨਟ ਗੇਰਾ ਤਿਆਰ ਕਰਦੇ ਮੈਂ ਟਰੈਕਟਰ, ਅਤੇ ਤਿਆਰ ਹੋ ਕੇ ਇਹ ਮਤਲਬ ਕਿ ਮਕੈਨੀਕਲ ਲੈਣ ਦੀ ਦਾ ਕੰਮ ਸਾਰਾ ਕਰਵਾ ਤਾ ਇਹਦਾ ਕਰਵਾ ਕੇ, ਅਤੇ ਅੱਜ ਇਹਨੂੰ ਚੈੱਕ ਕਰਨਾ ਟੇਲਰਾਂ ਦੇ, ਅਤੇ ਚੈੱਕ ਕਰਕੇ ਪਤਾ ਲੱਗ ਜਾਏਗਾ ਨਾਲੇ ਲੀਕਿੰਗ ਦਾ ਵੀ ਕਿਤੋਂ ਲੀਕ ਕਰਦਾ ਕਿੱਥੋਂ ਕਰਦਾ, ਚੰਗੀ ਤਰ੍ਹਾਂ ਇਹਨੂੰ ਚੈੱਕ ਕਰਕੇ, ਅਤੇ ਉਸ ਤੋਂ ਬਾਅਦ ਫਿਰ ਜੋ ਵੀ ਹੋਇਆ ਜਿੱਥੋਂ ਵੀ ਲੀਕ ਵੀ ਹੋਇਆ ਅਤੇ ਉਹ ਫਿਰ ਸੈੱਟ ਕਰਕੇ, ਅਤੇ ਉਸ ਤੋਂ ਬਾਅਦ ਫਿਰ ਇਹਦਾ ਪੇਂਟ ਦਾ ਕੰਮ ਕਰਾਵਾਂਗੇ ਆਪਾਂ ਜੀ। ਅਤੇ ਬਣੇ ਰਹੋ ਸਾਰੇ ਵੀਡੀਓ ਨਾਲ, ਅਤੇ ਜਿਹੜੇ ਆਪਣੇ ਚੈਨਲ 'ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਮਾਰ ਲਿਓ, ਅਤੇ ਦੇਖਦੇ ਹਾਂ ਅਤੇ ਨਾਟ ਗਿਆਰਾਂ ਕਰਦਾ ਕੀ ਹੈ। ਮਕੈਨੀਕਲ ਲੈਣ ਦਾ ਕੰਮ ਸਾਰਾ ਹੋ ਗਿਆ, ਡਿਸਪੋਜ਼ਲ ਮੀਟਰ ਇਹਦੇ ਲਾ ਕੇ ਇੱਕ ਵਾਰੀ ਕੰਮ ਜਿਹਾ ਮਤਲਬ ਕਿ ਚਲਾਇਆ ਇਹਦਾ। ਲਓ ਜੀ ਕਰਦੇ ਹਾਂ ਸਟਾਰਟ। ਲਓ ਵੀ ਲੱਗੇ ਆ ਚਲਾਉਣ। ਲਓ ਜੀ ਆ ਵਾਵਾਂਗੇ ਕਿੱਲਾ, ਕਰਦਿਆ ਫਿਰ ਇਹਨੂੰ ਚੈੱਕ।
ਮੈਂ ਵੀ ਸਵੇਰੇ 8:30 ਵਜੇ ਚਲਾਇਆ ਸੀ ਅਤੇ 12 ਵੱਜ ਗਏ ਉਦੋਂ ਮੈਂ ਚੱਲਣ ਲੈ ਰੋਟਰ ਇਹ ਇੱਕ ਘਾਹ ਦੀ ਬੀਜ ਕੀਤੀ ਹੈ ਠੀਕ ਹੈ ਚਾਹੁੰਦੇ ਹੋ ਜਿਹੜੇ ਤੇਰੇ ਕੱਪੜੇ ਉੱਥੇ ਠੀਕ ਹੈ ਇੰਜਨ ਤੋਂ ਕਿਤੇ ਹੋਈ ਬਾਕੀ ਥੱਲੇ ਮਾੜਾ ਮੋਟਾ ਕੱਢਿਆ ਕੈਂਪਰ ਤੋਂ ਕਿਤੇ ਨਹੀਂ ਕੱਢਿਆ ਬਾਕੀ ਔਖੇ ਆ ਸਵੇਰ ਦਾ ਚਲਾਈ ਜਾਂਦੇ ਸੀ ਆਵਾਜ਼ ਵੀ ਹੋ ਗਈ ਗਰਮ ਗੁਰਮ ਵੀ ਨਹੀਂ ਹੋਇਆ ਵਾਹਣ ਦਾ ਜਮਾਂ ਹੀ ਭੱਜ ਕੇ ਲੰਘਿਆ ਨਹੀਂ ਜਾਂਦਾ ਵਿੱਚੋਂ ਬਹੁਤ ਬੁਰੀ ਬਾਤ ਆਈ ਕਿਲੋਮੀਟਰ ਹੁਣ ਚੱਲੇ ਆਪਾਂ ਵਾਪਸ ਜਿੱਥੋਂ ਲੀਕ ਕੀਤਾ ਹੁਣ ਚੈੱਕ ਹੋ ਜਾਏਗਾ ਚੰਗੀ ਤਰ੍ਹਾਂ ਕੱਸ ਦਿਆਂਗੇ ਨਟ ਵਗੈਰਾ ਅਤੇ ਬਾਕੀ ਅੱਗੇ ਬਣੇ ਰਹੋ ਵੀਡੀਓ ਹੁੰਦੀਆਂ ਰਹਿਣਗੀਆਂ ਘੈਂਟ ਘੈਂਟ ਜਿਵੇਂ ਬਣੀ ਗਿਆ ਉਹ ਵੀਡੀਓ ਪਾਈ ਜਾਣੀ ਅਤੇ ਬਣੇ ਰਹੋ ਸਾਰੇ ਚੈਨਲ ਵਾਲੇ ਸਬਸਕ੍ਰਾਈਬ ਸੋ ਨੈਕਸਟ ਵੀਡੀਓ ਤੱਕ ਓਕੇ ਬਾਏ ਟਾਟਾ ਵਾਲੇ ਸਬਸਕ੍ਰਾਈਬ